ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਵੀਰ ਦਵਿੰਦਰ ਸਿੰਘ ਲਾਲੀ ਤੇ ਤੁਸੀਂ ਸਾਡੇ ਚੈਨਲ ਕਿਸਾਨ ਐਂਡ ਫਾਰਮਿੰਗ ਤੇ ਹੋ ਅੱਜ 8 ਜੁਲਾਈ 2023 ਹੈ ਜੀ ਆ ਜਿਹੜਾ ਝੋਨਾ ਤੁਸੀਂ ਦੇਖ ਰਹੇ ਹੋ ਪੀਆਰ 128 ਆ ਡੀਐਸਆਰ ਕਰਿਆ ਸੀ ਲਗਭਗ 35 ਦਿਨ ਦਾ ਝੋਨਾ ਜੀ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਤੇ ਡਾਕਟਰ ਕੁਲਦੀਪ ਸਿੰਘ ਸ਼ੇਰਗਿੱਲ ਮਰਖਈ ਜੀ ਅਨੁਸਾਰ ਮੈਂ ਇਹਨੂੰ ਤਰਵਤਰ ਗਿੱਲ ਦੇ ਵਿੱਚ ਬੀਜ ਕੇ 20 ਦਿਨਾਂ ਚ ਪਹਿਲਾ ਪਾਣੀ ਲਾਇਆ ਸੀ ਤੇ ਹੁਣ ਬਰਸਾਤਾਂ ਹੋਣ ਲੱਗੀਆਂ ਇਹਦੇ ਵਿੱਚ ਪਾਣੀ ਖੜਨ ਲੱਗਿਆ ਤੇ ਇੱਕ ਬੋਰੀ ਯੂਰੀਆ ਮੈਂ ਨੂੰ ਹੁਣ ਤੱਕ ਦੇ ਚੁੱਕੇ ਆ ਸਟਾਰਟਿੰਗ ਚ ਕਿਹੜੀਆਂ ਖਾਦਾਂ ਦੇਈਏ ਕੀ ਕਰੀਏ ਕਿ ਆਪਣਾ ਵਧੀਆ ਝਾੜ ਦੇ ਸਕੇ ਡੀਐਸਆਰ ਵਾਲਾ ਝੋਨਾ ਸੋ ਆਮ ਝੋਨਿਆਂ ਨਾਲੋਂ ਇਹਦੇ ਵਿੱਚ ਨਾ ਇੱਕ ਬੋਰੀ ਯੂਰੀਆ ਜ਼ਿਆਦਾ ਪੈਂਦਾ ਸਮਝ ਲਿਓ ਤੁਸੀਂ ਪਹਿਲਾਂ ਹੀ ਉਹ ਹਿਸਾਬ ਨਾਲ ਆਪਾਂ 60-60 ਦੇਣਾ ਚਾਹ ਇਹਦੇ ਵਿੱਚ ਯੂਰੀਆ ਦੀਆਂ ਡੋਜ਼ਾਂ ਖਤਮ ਕਰਨੀਆਂ ਵੀ ਬਹੁਤ ਜ਼ਰੂਰੀ ਨੇ ਹੁਣ ਯੂਰੀਆ ਦੇ ਨਾਲ ਨਾਲ 10 ਕਿਲੋ ਇਹਨੂੰ ਆਪਾਂ ਜ਼ਿੰਕ ਵੀ ਦੇਣਾ ਉਹ ਤਾਂ ਕੱਦੂ ਵਾਲਾ ਝੋਨਾ ਹੋਵੇ ਉਹ 'ਚ ਵੀ ਆਪਾਂ ਜਿੰਕ ਦਿੰਨੇ ਆ ਪोटाश ਵੀ ਦਿੰਨੇ ਆ ਪोटाਸ਼ ਦੀ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਆ ਝੋਨੇ ਦੇ ਵਿੱਚ ਬੂਟੇ ਦੀ ਗਰੋਥ ਕਰਾਉਣਾ ਤੇ ਬੂਟੇ 'ਚ ਦਾਣੇ ਮੋਟੇ ਚਮਕਦਾਰ ਹੋਣੇ ਕਿ ਫੂਸ ਨਾ ਬਣੇ ਲਾਸਟ 'ਚ ਤੁਸੀਂ ਦੇਖਿਆ ਉਹ ਝੋਨਾ ਆਪਣਾ ਗੜਜੇ ਜਾਂਦਾ ਜਾਂ ਦਾਣੇ ਦੀ ਬਜਾਏ ਫੂਸ ਬਹੁਤ ਹੋ ਜਾਂਦਾ ਇਹਦੇ ਨਾਲ ਆਪਣਾ ਬਹੁਤ ਝਾੜ ਘਟ ਜਾਂਦਾ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਪोटाਸ਼ ਜ਼ਰੂਰ ਪਾਇਆ ਕਰੋ ਝੋਨੇ 'ਚ ਭਾਵੇਂ ਡੀਐਸਆਰ ਵਾਲਾ ਭਾਵੇਂ ਕੱਦੂ ਵਾਲਾ ਹੁਣ ਪੋਟਾਸ਼ ਮਾਰਕੀਟ ਚ ਨਾ ਕਈ ਪੋਟਾਸ਼ ਨੇ ਜਿਵੇਂ ਰეკਮੈਂਡੇਸ਼ਨ ਝੋਨੇ ਵਿੱਚ 60% ਵਾਲਾ ਪੋਟਾਸ਼ 16% ਵਾਲਾ ਵੀ ਦਾਣੇਦਾਰ ਆ ਉਹ ਵੀ ਦੇਈ ਜਾਂਦੇ ਆ ਦੁਕਾਨਦਾਰ ਉਹਦੀ ਰეკਮੈਂਡੇਸ਼ਨ ਨਹੀਂ ਉਹਨੇ ਕੋਈ ਕੰਮ ਨਹੀਂ ਕਰਨਾ ਬਾਈ ਜੀ ਉਹਦੀ ਡੋਜ਼ ਬਹੁਤ ਘੱਟ ਹੁੰਦੀ ਆ 60% ਵਾਲਾ ਤੁਸੀਂ ਮਾਰਕੀਟ ਚੋਂ ਪਰਚੇਜ਼ ਕਰਕੇ ਝੋਨੇ ਚ ਪਾਓ ਤੁਹਾਡਾ ਝਾੜ ਬਹੁਤ ਵਧੂਗਾ ਜੇ ਹਲੇ ਵੀ ਕਿਸੇ ਕਿਸਾਨ ਵੀਰਾਂ ਦੇ ਨਾਲ ਝੋਨੇ ਪੀਲੇ ਨੇ ਇਹਦੇ ਕਈ ਕਾਰਨ ਹੁੰਦੇ ਆ ਸਟਾਰਟਿੰਗ ਚ ਝੋਨਾ ਆਪਣਾ ਪੀਲਾ ਜਿਹਾ ਹੋ ਕੇ ਖਤਮ ਹੋ ਜਾਂਦਾ ਉਹਦਾ ਕਾਰਨ ਹੁੰਦਾ ਜ਼ਿੰਕ ਤੇ ਲੋਹੇ ਦੀ ਕਮੀ ਟੈਂਪਰੇਚਰ ਗਰਮ ਹੁੰਦਾ ਜੇ ਮੀਂਹ ਮੂਹ ਪੈਣ ਲੱਗੇ ਨੇ ਆਪਣੇ ਆਪ ਠੀਕ ਹੋ ਜਾਣਾ ਜੇ ਨਹੀਂ ਠੀਕ ਹੁੰਦਾ ਤੁਸੀਂ ਘਬਰਾਉਣੇ ਨਹੀਂ ਤੁਸੀਂ ਜਿੰਕ ਤੇ ਲੋਹੇ ਦੀ ਸਪਰੇਅ ਕਰਕੇ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਭਰ ਕੇ ਰੱਖੋ ਆ ਠੀਕ ਹੋ ਜਾਣਾ ਇਹਨੇ ਚੱਲ ਪੈਣਾ ਸੋ ਆਹ ਸਾਬਤਾਨੀਆਂ ਖਾਦਾਂ ਨੇ ਜੇ ਤੁਸੀਂ ਪਾ ਲੋਗੇ ਸਮੇਂ ਜੇ ਸਿਰ ਤਾਂ ਤੁਹਾਡੇ ਝੋਨੇ ਦਾ ਵਧੀਆ ਝਾੜ ਹੋਊ ਹੁਣ ਇੱਕ ਹੋਰ ਸੈਕੰਡ ਪੁਆਇੰਟ ਵੀ ਬਹੁਤ ਜ਼ਰੂਰੀ ਆ ਬੱਟਾਂ ਦੇ ਨਾਲ ਜਾਂ ਵਿੱਚ ਇਹਦੇ ਨਾਲ ਗੈਪ ਹੁੰਦੇ ਆ ਪਨੀਰੀ ਨਹੀਂ ਹਰੇ ਹੁੰਦੇ ਵੀ ਉੱਥੇ ਤੁਸੀਂ ਖੇਤ ਚੋਂ ਹੀ ਪਟੋਆ ਜਿਵੇਂ ਖੁੰਜੀਆਂ ਕਪਿਆਂ ਚ ਸੰਘਣਾ ਜਾਦੇ ਬੀਜ ਆ ਨਾ ਬੂਟੇ ਨੇ ਇਹਨਾਂ ਨੂੰ ਤੁਸੀਂ ਛਿੱਦੇ ਕਰਕੇ ਜਿੱਥੇ ਬੂਟੇ ਨਹੀਂ ਹੈਗੇ ਪੱਟ ਕੇ ਲਾ ਸਕਦੇ ਹੋ ਜਾਂ ਤੁਸੀਂ ਪਨੀਰੀ ਸੇਮ ਵੀ ਲਓ ਉਹ ਪਨੀਰੀ ਨੂੰ ਪੱਟ ਕੇ ਤੁਸੀਂ ਜਿੱਥੇ ਛਿੱਦੇ ਲਾਓ ਜੇ ਗੈਪ ਜ਼ਿਆਦਾ ਹੋਣਗੇ ਤੁਹਾਡਾ ਝਾੜ ਘਟ ਹੀ ਜਾਣਾ ਨੰਬਰ 3 ਤੇ ਜਦੋਂ ਡਾਲਡੂ ਲਾਉ ਖੇਤ ਚ ਨਿਗਾਹ ਮਾਰੋ ਜੇ ਤੁਹਾਡੇ ਖੇਤ ਦੇ ਵਿੱਚ ਨਦੀਨ ਬਹੁਤ ਜ਼ਿਆਦਾ ਆ ਦੇਖੋ ਆਮ ਸਮੱਸਿਆ ਨਦੀਨਾਂ ਦੀ ਹੁਣ ਨਹੀਂ ਆਉਂਦੀ ਸਾਡੇ ਤਾਂ ਕੋਈ ਨਦੀਨ ਐਡੀ ਸਮੱਸਿਆ ਨਹੀਂ ਹੋਣੀ ਹੈਗੀ ਜਰ ਜੀ ਨਦੀਨ ਤੁਹਾਡੇ ਖੇਤ ਚ ਜਾਦੇ ਆ ਤਾਂ ਘਬਰਾਓ ਨਾ ਤੁਸੀਂ ਨੋਮਨੀ ਗੋਲਡ ਦੀ ਸਪਰੇਅ ਕਰ ਸਕਦੇ ਹੋ ਇੱਕ ਨੋਮਨੀ ਗੋਲਡ ਦਵਾਈ ਆ 100 ਐਮਐਲ ਪ੍ਰਤੀ ਕੀਲਾ ਤੁਸੀਂ ਉਹਦਾ ਘੋਲ ਬਣਾਓ 100 ਐਮਐਲ ਉਹਦੀ ਕੀਲੇ ਦੀ ਡੋਜ਼ ਆ ਤੇ 100 ਤੋਂ 150 ਲੀਟਰ ਪਾਣੀ ਚ ਉਹਨੂੰ ਜਦੋਂ ਘੋਲ ਕੇ ਖੇਤ ਦੇ ਉੱਤੇ ਛਿੜਕਾਅ ਕਰੋਗੇ ਨਾ ਤੁਹਾਡਾ 4-5 ਦਿਨਾਂ ਚ ਹੀ ਤੁਹਾਡੇ ਨਦੀਨ ਨੇ ਸੁੱਕਣ ਲੱਗ ਜਾਣਾ ਪਰ ਇਹ ਦਵਾਈ ਦਾ ਛਿੜਕਾਅ ਕਰਨੇ ਕੁਝ ਸ਼ਾਪਤਾਨੀਆਂ ਨੇ ਪਹਿਲੀ ਦਵਾਈ ਦੀ ਡੋਜ਼ 100 ਐਮਐਲ ਤੋਂ ਵੱਧ ਨਹੀਂ ਲੈਣੀ ਕੀਲੇ ਦੀ ਪਾਣੀ ਜਿਹੜਾ ਛਿੜਕਾ ਲਈ ਲੈਣਾ 100 ਤੋਂ 150 ਲੀਟਰ ਪਾਣੀ ਤੁਸੀਂ ਲੈ ਸਕਦੇ ਹੋ ਤੇ ਝੋਨਾ ਤੁਹਾਡਾ 40-42 ਦਿਨ ਦਾ ਹੀ ਹੋਣਾ ਚਾਹੀਦਾ ਜੇ ਤੂੰ ਵੱਡੇ ਝੋਨੇ ਤੇ ਤੁਸੀਂ ਨੋਮਨੀ ਗੋਲਡ ਵਰਤਦੇ ਹੋ ਉਹ ਤੁਹਾਡਾ ਨਸਾਰੇ ਨੂੰ ਬਹੁਤ ਲੇਟ ਲੈ ਜਾਂਦੀ ਆ ਤੁਹਾਡਾ ਝਾੜ ਘਟਣਾ ਹੀ ਘਟਣਾਗਾ ਜੇ ਨਾਰਮਲ ਨਦੀਨ ਨੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਹੱਥੀ ਉਹਨਾਂ ਨੂੰ ਲੇਬਰ ਲਾ ਕੇ ਤੁਸੀਂ ਉਹਨੂੰ ਕਢਾਉਣ ਦੀ ਕੋਸ਼ਿਸ਼ ਕਰੋ ਉਹ ਵਧੀਆ ਤਰੀਕਾ ਹੈਗਾ ਹੁਣ ਲਾਸਟ ਚ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਝੋਨਾ ਜਿਹੜਾ ਤੁਸੀਂ ਮੇਰਾ ਦੇਖ ਰਹੇ ਹੋ ਹਜੇ 35 ਦਿਨ ਦਾ ਦੇਖੋ ਆਮ ਨਾਰਮਲ ਛੋਣੇ ਨੂੰ ਬਹੁਤ ਹੀ ਸੋਹਣਾ ਵੱਧ ਤੋਂ ਵੱਧ ਕਿਸਾਨ ਇਹ ਪ੍ਰਕਿਰਿਆ ਨੂੰ ਅਪਣਾਓ ਤੇ ਆਪਾਂ ਇੱਕ ਤਾਂ ਪਾਣੀ ਬਚਾ ਸਕੀਏ ਇੱਕ ਗਵਰਨਮੈਂਟ ਪੰਜਾਬ ਸਰਕਾਰ ਆਪਾਂ ਨੂੰ 1500 ਰੁਪਏ ਪ੍ਰਤੀ ਕਿੱਲਾ ਇਹਦਾ ਦੇ ਰਹੀ ਆ ਉਹ ਵੀ ਫਾਇਦਾ ਲਓ ਤੇ ਕਿੱਦਾਂ ਦੀ ਤੁਹਾਨੂੰ ਸਾਡੀ ਵੀਡੀਓ ਲੱਗੀ ਵੀਡੀਓ ਜੇ ਤੁਸੀਂ ਲਾਸਟ ਤੱਕ ਦੇਖ ਰਹੇ ਹੋ ਪਲੀਜ਼ ਬੇਨਤੀ ਆ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ